कोरोना कहर दौरान लगे लॉकडाउन करके मनरेगा कामियां लई घर का गुजारा चलाना मुश्किल हो गया है। खेमकरण के पिंड घरियाली रांडिया विखे गलबात करदे मनरेगा कामियां ने दस्या कि 500 सालां ते उन्हां वल्लों पिंड विच बूटे लगाए गए सन ते उदों तों लै के हुण तक उन्हां नूं पैसे नहीं मिल रहे। इस नूं लै के उह उच्च अधिकारियों नूं भी मिल चुके ने, पर अधिकारी भी टाल मटोल करके उन्हां नूं वापस भेज देंदे हन। मनरेगा कामियां अनुसार कोरोना महामारी करके सरकार वल्लों लगाए लॉकडाउन के चलदियां उन्होंने घर का खर्चा चलाना भी मुश्किल होया पिया है। उन्हां सरकार पासों मनरेगा स्कीम अधीन पिंड विच काम चलाउण ते उन्हां दियां लगियां दिहाड़ियां दे पैसे देण दी मंग कीती। इन्हां नरेगा स्कीम दे विच काम कीता है 550 साल श्री गुरु नानक देव जी दे प्रकाश ते इन्हां ने एक स्कीम तोरी ही कि 550 रुख लाउणा पिंडां दे विच, और असी 550 टोआ पुट के 550 असी रुख लाया। इस गल नूं 2.5-3 साल ही हो चलिया, सानू अजे तक कोई पैसा नहीं मिलिया। असी मैंबरां सरपंचां कोल भी जा के आ के हार हो गया, फोटो कापियां भी दे हार हो गया, पर सानू अजे तक कुछ नहीं मिलिया। बस लारे लप्पे ही लाई जांदे आ, कल लई भलकी हफ्ता ही इदां महीना ही, बस सानू कुछ नहीं मिलिया। और साडे नाल भी असी हुण इस करके तुहानू सद्दिया कि साडा मसला हल कीता जावे। की मंग करदे? ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ, ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਜਿਹੜਾ ਹੱਕ ਬਣਦਾ ਉਹ ਸਾਨੂੰ ਦਿੱਤਾ ਜਾਵੇ। ਅਸੀਂ ਕੰਮ ਕੀਤਾ, ਸਾਨੂੰ ਮਿਲਿਆ ਨੀ ਗਾ 40 ਦਿਨ। ਕਾਹਦਾ ਕੰਮ ਕੀਤਾ? ਟੋਏ ਕੱਢੇ ਰੁੱਖਾਂ ਦਾ। ਨਰੇਗਾ ਦਾ? ਨਰੇਗਾ ਦਾ। ਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਕੰਮ ਕੀਤੇ ਨੂੰ? ਸਾਨੂੰ ਚੱਲੇ 2.5-3 ਸਾਲ। ਉਦੋਂ ਬਾਅਦ ਕੰਮ ਨੀ ਕਰਾਇਆ ਤੁਹਾਡੇ ਤੋਂ? ਕਾਰਡ ਵੀ ਨੀ ਬਣੇ ਤੁਹਾਡੇ? ਨਾ, ਕੁਛ ਨੀ ਦਿੱਤਾ। ਤੇ ਹੁਣ ਕੀ ਮੰਗ ਕਰਦੇ? ਹੁਣ ਇਹੀ ਕਹਿੰਦੇ ਵੀ ਸਾਨੂੰ ਮਸਲਾ ਹੱਲ ਸਾਡਾ ਹੋਵੇ। ਇਸ ਨੂੰ ਲੈ ਕੇ ਜਦੋਂ BDPO ਬਲਟੋਆ ਲਾਲ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਅੱਗੇ ਆਉਣ ਤੋਂ ਨਾ ਕਰਦੇ ਹੋਏ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਧਰ ਇਸ ਨੂੰ ਲੈ ਕੇ ਜਦੋਂ ਮਨਰੇਗਾ ਇੰਸਪੈਕਟਰ ਹਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਨਵਾਂ ਚਾਰਜ ਸੰਭਾਲਿਆ ਹੈ ਜਿਸ ਕਰਕੇ ਉਹਨਾਂ ਨੂੰ ਮਾਮਲੇ ਬਾਰੇ ਪਤਾ ਨਹੀਂ ਹੈ। 2 ਸਾਲ ਪਹਿਲਾਂ ਜਿਹੜੀ ਪਿਛਲੇ ਸਾਲ ਦੇ ਵਿੱਚ ਬੂਟੇ ਆਏ ਸੀਗੇ, ਅਤੇ ਉਸ ਤੋਂ ਇਹ ਜਿਹੜਾ ਉਦੋਂ ਮੈਂ ਗ੍ਰਾਮ ਰੋਜ਼ਗਾਰ ਸੀ, ਉਹ ਪਿੰਡ ਮੇਰੇ ਕੋਲ ਨਹੀਂ ਸੀ। ਉਸ ਤੋਂ ਪਹਿਲਾਂ ਇਹਨਾਂ ਲਾਭਪਾਤਰੀਆਂ ਨੇ ਜਿਹੜਾ ਕੰਮ ਕੀਤਾ ਸੀ, ਇਹਨਾਂ ਲਾਭਪਾਤਰੀਆਂ ਦੁਆਰਾ ਮੈਨੂੰ ਕਿਸੇ ਨੇ ਮੈਨੂੰ ਆਣ ਕੇ ਕੋਈ ਮਤਲਬ ਦੱਸਿਆ ਨਹੀਂ ਗਾ ਵੀ ਅਸੀਂ ਕੰਮ ਕੀਤਾ, ਸਾਨੂੰ ਪੈਸੇ ਨਹੀਂ ਮਿਲੇ। ਤੋ ਮੇਰੇ ਨਾਲ ਤਾਲਮੇਲ ਕਰਦਾ ਅਤੇ ਮੈਂ ਮਤਲਬ ਇਹਨਾਂ ਦੇ ਜਿਹੜੇ ਪੈਸੇ ਮੈਂ ਇਹਨਾਂ ਦੇ ਕਰਦਾ, ਇਹਨਾਂ ਦੀ ਹੈਲਪ ਕਰਦਾ। ਚਲੋ ਇਹਨਾਂ ਵਾਸਤੇ, ਗਰੀਬਾਂ ਵਾਸਤੇ ਵੀ ਕਰਦਾ ਇਹਨਾਂ ਦਾ। ਅਤੇ ਚਲੋ ਕੋਈ ਨਹੀਂ, ਮੈਂ ਹੁਣ ਜੋ ਇਹਨਾਂ ਦਾ ਵੇਖਦਾ ਮੈਨੂੰ ਅੱਜ ਹੀ ਮਿਲੇ, ਮੈਂ ਮਿਲ ਕੇ ਇਹਨਾਂ ਦਾ ਜੋ ਵੀ ਮੈਂ ਕਰਦਾ।